ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ। ਸੋ ਸਿੱਖਿਆ ਵਿਭਾਗ ਵੱਲੋਂ ਇੱਥੇ ਕੁਛ ਜ਼ਰੂਰੀ ਨੋਟਿਸ ਜਿਹੜੇ ਆ ਜਾਰੀ ਕੀਤੇ ਗਏ ਨੇ। ਸੋ ਇਹਨਾਂ ਬਾਰੇ ਤੁਹਾਨੂੰ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ, ਮਾਸਟਰ ਕੈਡਰ ਦੀਆਂ ਇੰਗਲਿਸ਼ ਦੀਆਂ ਜਿਹੜੀਆਂ 899 ਪੋਸਟਾਂ ਪਲੱਸ ਮਾਸਟਰ ਕੈਡਰ ਸਾਇੰਸ ਬੈਕਲੋਗ ਦੀਆਂ 518 ਪੋਸਟਾਂ, ਮਾਸਟਰ ਕੈਡਰ ਮੈਥ ਬੈਕਲੋਗ 595 ਪੋਸਟਾਂ ਅਤੇ ਮਾਸਟਰ ਕੈਡਰ ਜਿਹੜੀ ਇੰਗਲਿਸ਼ ਦੀਆਂ ਬੈਕਲੋਗ 380 ਪੋਸਟਾਂ ਦੀ ਇਹ ਲਿਸਟਾਂ ਇੱਥੇ ਪਾਈਆਂ ਗਈਆਂ ਨੇ। ਜਿਹੜੇ ਸਾਥੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਰਿਜੈਕਟ ਹੋਏ ਨੇ, ਸੋ ਉਹਨਾਂ ਦੀਆਂ ਲਿਸਟਾਂ ਇੱਥੇ ਜਾਰੀ ਕੀਤੀਆਂ ਗਈਆਂ ਨੇ ਜੀ। ਰਿਜੈਕਟ ਹੋਣ ਦਾ ਰੀਜ਼ਨ ਵੀ ਦੱਸਿਆ ਗਿਆ ਜੀ, ਅਤੇ ਪ੍ਰੋਪਰ ਲਿਸਟਾਂ ਇੱਥੇ ਜਿਹੜੀਆਂ ਦੱਸੀਆਂ ਗਈਆਂ ਨੇ। ਸੋ ਤੁਹਾਨੂੰ ਇੱਥੇ ਜਿਹੜੀ ਆ ਓਪਨ ਕਰਕੇ ਇਕੱਲੀ ਇਕੱਲੀ ਲਿਸਟ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਜਿਹੜੇ ਸਾਥੀ ਨੇ ਇਸ ਵੀਡੀਓ ਦੇ ਨਾਲ ਜੁੜੇ ਰਹਿਣ, ਅਤੇ ਚੱਲਦੇ ਹਾਂ ਸਿੱਧਾ ਪਹਿਲੀ ਲਿਸਟ 'ਤੇ। ਸੋ ਇਹ ਲਿਸਟ ਤੁਸੀਂ ਵੇਖ ਰਹੇ ਹੋ ਜੀ, ਇੱਥੋਂ ਜਿਹੜਾ ਲਿਖਿਆ ਹੋਇਆ ਲਿਸਟ ਆਫ ਰਿਜੈਕਟਡ ਕੈਂਡੀਡੇਟਸ ਇਨ ਇੰਗਲਿਸ਼ ਬਾਰਡਰ ਏਰੀਆ 899 ਦੀਆਂ ਜਿਹੜੀਆਂ ਪੋਸਟਾਂ ਸਨ। ਸੋ ਇਹ ਜਿਹੜੇ ਸਾਥੀ ਨੇ, ਜਿਹੜੇ ਉਮੀਦਵਾਰ ਨੇ ਜਿਹੜੇ ਰਿਜੈਕਟ ਹੋਏ ਨੇ, ਇਕੱਲੀ ਇਕੱਲੀ ਇੱਥੇ ਤੁਹਾਨੂੰ ਡਿਟੇਲ ਮਿਲ ਜਾਏਗੀ। ਰਜਿਸਟ੍ਰੇਸ਼ਨ ਨੰਬਰ, ਨੇਮ, ਫਾਦਰ ਸਾਹਿਬ ਦਾ ਨੇਮ, ਡੇਟ ਆਫ ਬਰਥ, ਕੈਟੇਗਰੀ ਕਿਹੜੀ ਹੈ ਜੀ, ਜਿਵੇਂ ਕਿ ਤੁਸੀਂ ਇੱਥੇ ਵੇਖ ਸਕਦੇ ਹੋ ਇਕਨੋਮਿਕਲੀ ਵੀਕਰ ਸੈਸ਼ਨ ਦੇ AWSD ਨੇ। ਸੋ 142 ਨੰਬਰ ਇਹਨਾਂ ਨੇ ਲਏ ਸੀ। ਸਟੇਟਸ ਇਹਨਾਂ ਦਾ ਰਿਜੈਕਟਡ ਹੈ, ਅਤੇ ਤੁਸੀਂ ਇੱਥੇ ਜਿਹੜਾ ਰਿਮਾਰਕਸ ਦੇਖ ਸਕਦੇ ਹੋ, ਟੀਚਿੰਗ ਆਫ ਇੰਗਲਿਸ਼ ਨੋਟ ਸਟੱਡੀਜ਼ ਇਨ BEd। ਸੋ ਇੱਥੇ ਜਿਹੜੇ ਆ ਪ੍ਰੋਪਰ ਜਿਹੜੇ ਕੈਂਡੀਡੇਟਸ ਜਿਹੜੇ ਰਿਜੈਕਟ ਹੋਏ ਨੇ, ਉਹ ਇੱਥੇ ਲਿਸਟਾਂ ਇਹ ਜਿਹੜੀਆਂ ਪਾਈਆਂ ਗਈਆਂ ਨੇ, ਅਤੇ ਨਾਲ ਜਿਹੜਾ ਆ ਕਾਰਨ ਮੈਂਸ਼ਨ ਕੀਤਾ ਹੋਇਆ ਜੀ। ਅਤੇ ਟੋਟਲ ਜਿਹੜੇ ਹੈ ਤੁਸੀਂ ਇੱਥੇ ਵੇਖ ਸਕਦੇ ਹੋ ਜੀ, ਟੋਟਲ ਮਿਲਾ ਕੇ ਜਿਹੜੇ ਆ 53 ਸਾਥੀ ਨੇ ਜਿਹੜੇ ਆ ਬਾਰਡਰ ਏਰੀਆ ਇੰਗਲਿਸ਼ 899 ਪੋਸਟਾਂ ਦੇ ਜਿਹੜੇ ਇਹ ਰਿਜੈਕਟਡ ਜਿਹਨਾਂ ਦੀ ਲਿਸਟ ਜਿਹੜੀ ਆ ਪਾਈ ਗਈ ਹੈ। ਸੋ ਚੱਲਾਂਗੇ ਹੁਣ ਦੂਸਰੀ ਲਿਸਟ 'ਤੇ। ਸੋ ਇਹ ਲਿਸਟ ਤੁਸੀਂ ਵੇਖ ਰਹੇ ਹੋ ਜੀ, ਲਿਸਟ ਆਫ ਰਿਜੈਕਟਡ ਕੈਂਡੀਡੇਟਸ ਇਨ ਸਾਇੰਸ ਬੈਕਲੋਗ ਦੀਆਂ 518 ਪੋਸਟਾਂ ਦੀ ਜਿਹੜੀ ਰਿਕਰੂਟਮੈਂਟ ਸੀ। ਸੋ ਇਹ ਜਿਹੜੇ ਸਾਥੀ ਨੇ ਜਿਹੜੇ ਰਿਜੈਕਟ ਹੋਏ ਨੇ, ਸੋ ਇਹਨਾਂ ਦੀਆਂ ਲਿਸਟਾਂ ਇੱਥੇ ਪਾਈਆਂ ਗਈਆਂ ਨੇ ਜੀ। ਟੋਟਲ ਜਿਹੜੇ ਹੈ 36 ਕੈਂਡੀਡੇਟਸ ਨੇ। ਸੋ ਇਹ ਲਿਸਟਾਂ ਨੇ ਜਿਹੜੀਆਂ ਤੁਹਾਨੂੰ ਅਫੀਸ਼ੀਅਲ ਵੈਬਸਾਈਟ 'ਤੇ ਮਿਲ ਜਾਣਗੀਆਂ, ਉੱਥੋਂ ਤੁਸੀਂ ਜਾ ਕੇ ਡਿਟੇਲ ਵਿੱਚ ਚੈੱਕ ਕਰ ਸਕਦੇ ਹੋ, ਅਤੇ ਇਸੇ ਤਰ੍ਹਾਂ ਦੀਆਂ ਜਿਹੜੀਆਂ। ਸੋ ਇਹ ਤੁਸੀਂ ਵੇਖ ਰਹੇ ਹੋ ਜੀ ਲਿਸਟ ਆਫ ਕੈਂਡੀਡੇਟਸ, ਮੈਥ ਦੀਆਂ ਬੈਕਲੋਗ 595 ਪੋਸਟਾਂ। ਸੋ ਇਹ ਜਿਹੜੇ ਰਿਜੈਕਟਡ ਸਾਥੀ ਨੇ ਜੀ, ਟੋਟਲ 45, ਅਤੇ ਇਹਦੇ ਵਿੱਚ ਜਿਹੜੇ ਉਮੀਦਵਾਰ ਨੇ ਜਿਹੜੇ ਸਾਥੀ ਨੇ, ਅਤੇ ਜਿਹੜੇ ਰਿਜੈਕਟ ਹੋਏ ਸੀ ਜਾਂ ਰਿਜੈਕਟ ਹੋਏ ਨੇ ਕਿਸੇ ਰਿਮਾਰਕਸ ਜਿਹੜਾ ਜੋ ਵੀ ਰੀਜ਼ਨ ਨੇ, ਸੋ ਉਹਨਾਂ ਦੇ ਰਿਗਾਰਡਿੰਗ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ। ਸੋ ਇਹ ਲਿਸਟਾਂ ਤੁਹਾਨੂੰ ਅਫੀਸ਼ੀਅਲ ਵੈਬਸਾਈਟ 'ਤੇ ਮਿਲ ਜਾਣਗੀਆਂ ਜੀ, ਅਤੇ ਉੱਥੇ ਜਾ ਕੇ ਤੁਸੀਂ ਚੈੱਕਆਊਟ ਕਰ ਸਕਦੇ ਹੋ। ਸੋ ਇਹ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਸੀ। ਸੋ ਥੈਂਕ ਯੂ ਜੀ ਵੀਡੀਓ ਨੂੰ ਵੇਖਣ ਦੇ ਲਈ।